ਅਜਾਇਬ ਘਰ ਅਤੀਤ ਬਾਰੇ ਸਿੱਖਣ ਅਤੇ ਗਿਆਨ ਵਧਾਉਣ ਲਈ ਸਭ ਤੋਂ ਉੱਤਮ ਸਾਧਨ ਹਨ ਇਹਨਾਂ ਤੋਂ ਕਿਸੇ ਸਥਾਨ ਜਾਂ ਸਭਿਤਾ ਦੇ ਇਤਿਹਾਸ ਬਾਰੇ ਜਾਣਨ ਅਤੇ ਸਮਝਣ ਦਾ ਸੁਨਹਿਰੀ ਮੌਕਾ ਮਿਲਦਾ ਹੈ ਹਾਲਾਂਕਿ ਕਿਸੇ ਚੀਜ਼ ਬਾਰੇ ਅਧਿਐਨ ਕਰਨਾ ਅਤੇ ਆਪਣੀ ਅੱਖਾਂ ਨਾਲ ਇਸ ਦਾ ਅਨੁਭਵ ਕਰਨਾ ਦੋ ਬਿਲਕੁਲ ਵੱਖਰੇ ਤਜਰਬੇ ਹਨ ਇਸੇ ਸਿਲਸਲੇ ਵਿੱਚ ਪਾਰਟੀਸ਼ਨ ਮਿਊਜ਼ੀਅਮ ਭਾਵ ਵੰਡ ਅਜਾਇਬ ਘਰ ਵੇਖਣ ਲਈ ਮੈਂ ਅੰਮ੍ਰਿਤਸਰ ਦਾ ਦੌਰਾ ਕੀਤਾ ਪਾਰਟੀਸ਼ਨ ਮਿਊਜ਼ੀਅਮ ਦੁਨੀਆ ਦਾ ਪਹਿਲਾ ਜਨਤਕ ਵੰਡ ਅਜਾਇਬ ਘਰ ਹੈ ਜੋ ਅੰਮ੍ਰਿਤਸਰ ਦੇ ਟਾਊਨ ਹਾਲ ਵਿੱਚ ਸਥਿਤ ਹੈ ਇਹ 25 ਅਗਸਤ 2017 ਨੂੰ ਆਰਟਸ ਐਂਡ ਕਲਚਰਲ ਹੈਰੀਟੇਜ ਟਰਸਟ ਦੀਆਂ ਕੋਸ਼ਿਸ਼ਾਂ ਸਦਕਾ ਹੋਂਦ ਵਿੱਚ ਆਇਆ ਇਸ ਦਾ ਉਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਦੇ ਦੰਗਿਆਂ ਨਾਲ ਸਬੰਧਤ ਕਹਾਣੀਆਂ ਸਮੱਗਰੀਆਂ ਅਤੇ ਦਸਤਾਵੇਜ਼ਾਂ ਦਾ ਕੇਂਦਰੀ ਭੰਡਾਰ ਇਕੱਠਾ ਕਰਨਾ ਸੀ 15 ਅਗਸਤ 1947 ਵਿੱਚ ਧਰਮ ਦੇ ਆਧਾਰ ਤੇ ਨਕਸ਼ੇ ਉੱਤੇ ਵੰਡ ਰਖਾਵਾਂ ਖਿੱਚ ਕੇ ਪੰਜਾਬ ਨੂੰ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਵੰਡ ਦਿੱਤਾ ਗਿਆ। ਨਤੀਜੇ ਵਜੋਂ ਲੱਖਾਂ ਲੋਕ ਰਾਤੋਂ ਰਾਤ ਸਰਹੱਦ ਦੇ ਗਲਤ ਪਾਸੇ ਹੋ ਗਏ ਸਨ ਅਤੇ ਉਹਨਾਂ ਨੇ ਸਰਹੱਦ ਤੇ ਪਾਰ ਜਾਣ ਲਈ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ। अनुमान ਹੈ ਕਿ ਅਗਸਤ 1947 ਤੋਂ ਜਨਵਰੀ 1948 ਵਿਚਕਾਰ ਵੰਡ ਤੋਂ ਬਾਅਦ ਹੋਏ ਦੰਗਿਆਂ ਵਿੱਚ 8 ਲੱਖ ਤੋਂ ਵੱਧ ਮੁਸਲਮਾਨ, ਹਿੰਦੂ ਅਤੇ ਸਿੱਖ ਮਾਰੇ ਗਏ ਸਨ। ਇਹ ਪ੍ਰਵਾਸ ਸੰਸਾਰ ਦੇ ਇਤਿਹਾਸ ਵਿੱਚ ਇੱਕ ਸਭ ਤੋਂ ਵੱਡਾ ਪ੍ਰਵਾਸ ਸੀ ਜੋ ਬਿਨਾਂ ਕਿਸੇ ਵੱਡੇ ਕਾਰਨਾਂ ਜਿਵੇਂ ਕਿ ਯੁੱਧ ਜਾਂ ਕਾਲ ਆਦਿ ਦੇ ਕਰਕੇ ਹੋਇਆ ਸੀ ਅਤੇ ਜਿਸ ਦੇ ਨਤੀਜੇ ਵਜੋਂ 14 ਲੱਖ ਤੋਂ ਵੱਧ ਲੋਕ ਘਰ ਵਾਪਸ ਜਾਣ ਦੀ ਉਮੀਦ ਵਿੱਚ ਆਪਣੇ ਅਜ਼ੀਜ਼ ਜਾਇਦਾਦ ਸੋਨਾ ਅਤੇ ਹੋਰ ਸਾਰੀਆਂ ਕੀਮਤੀ ਚੀਜ਼ਾਂ ਪਿੱਛੇ ਛੱਡ ਗਏ ਸਨ ਪਰ ਹਕੀਕਤ ਵਿੱਚ ਉਹ ਕਦੇ ਵੀ ਵਾਪਸ ਨਹੀਂ ਜਾ ਸਕੇ ਦੋਵੇਂ ਪਾਸਿਆਂ ਤੋਂ ਹਿੰਸਕ ਵਿਛੋੜੇ ਦੀ ਵਿਰਾਸਤ ਨੂੰ ਸਹਿਣ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਮੇਸ਼ਾ ਲਈ ਕੋੜੀ ਦੁਸ਼ਮਣੀ ਬਣੀ ਰਹੀ ਹੈ ਅਜਾਇਬ ਘਰ ਦੇ ਵਿਹੜੇ ਵਿੱਚ ਪੰਜਾਬ ਦੇ ਮਹਾਨ ਯੋਧਾ ਅਕਾਲੀ ਫੂਲਾ ਸਿੰਘ ਦਾ ਬੁੱਤ ਬਣਿਆ ਹੋਇਆ ਹੈ ਟਿਕਟ ਖਿੜਕੀ ਤੋਂ ਟਿਕਟ ਖਰੀਦ ਕੇ ਮੈਂ ਅਜਾਇਬ ਘਰ ਦਾ ਦੌੜਾ ਸ਼ੁਰੂ ਕੀਤਾ। ਅਜਾਇਬ ਘਰ ਦੇ ਸੰਗ੍ਰਹਿ ਵਿੱਚ ਉਹ ਅਨਮੋਲ ਵਸਤੂਆਂ ਸ਼ਾਮਲ ਹਨ ਜੋ ਸ਼ਰਨਾਰਥੀਆਂ ਨੇ ਦੇਸ਼ ਦੀ ਅਚਾਨਕ ਵੰਡ ਦੌਰਾਨ ਪਾਕਿਸਤਾਨ ਤੋਂ ਲਿਆਂਦੀਆਂ ਸਨ ਅਤੇ ਜਿਨ੍ਹਾਂ ਨਾਲ ਸ਼ਰਨਾਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ। ਉਹਨਾਂ ਦੀ ਵਿਹਾਰਕ ਵਸਤੂਆਂ ਦੀਆਂ ਚੀਜ਼ਾਂ ਜਿਵੇਂ ਕਿ ਬਰਤਨ, ਮੰਜੇ, ਟਰੰਕ, ਕੱਪੜੇ, ਵਿਆਹ ਦੀ ਸਾੜੀ ਗਿਆਨਿਆ ਦਾ ਡੱਬਾ ਅਤੇ ਇੱਕ ਟੀਨ ਦਾ ਡੱਬਾ ਫੋਟੋਆਂ ਦਾ ਸੰਗ੍ਰਹਿ ਹੈ ਦਰਵਾਜ਼ੇ ਬੁਹੇਬਾਰੀਆਂ ਸ਼ਰਨਾਰਥੀਆਂ ਦੁਆਰਾ দান ਕੀਤੀਆਂ ਅਸਲ ਕਲਾਕ੍ਰਿਤੀਆਂ ਅਖਬਾਰਾਂ ਰਸਾਲੇ ਭਾਰਤ ਵਿੱਚ ਪਹੁੰਚਣ ਦੀਆਂ ਮੋਹਰਾਂ ਵਾਲੇ ਮੁਰਵਸੇ ਬਾ卡ਡ ਸਰਹੱਦੋਂ ਪਾਰ ਦੀ ਇੱਕ ਕੜੀ ਇੱਕ ਪਾਣੀ ਦਾ ਘੜਾ ਸ਼ਰਨਾਰਥੀਆਂ ਦੁਆਰਾ ਖਿੱਚਿਆ ਗਿਆ ਸਕੈਚ ਇੱਕ ਸ਼ਰਨਾਰਥੀ ਦੁਆਰਾ ਉਸ ਨੂੰ ਲਾਹੌਰ ਵਾਪਸ ਭੇਜੇ ਜਾਣ ਲਈ ਅਤੇ ਉਸ ਦੀਆਂ ਗਵਾਚ ਚੁੱਕੀਆਂ ਚੀਜ਼ਾਂ ਨੂੰ ਲੱਭਣ ਲਈ ਬੇਨਤੀ ਪੱਤਰ ਆਦਿ ਇਸ ਅਜਾਇਬ ਘਰ ਦਾ ਹਿੱਸਾ ਹਨ ਅਜਾਇਬ ਘਰ ਵਿੱਚ 14 ਗੈਲਰੀਆਂ ਵਿੱਚ ਦਰਸ਼ਕਾਂ ਦੇ ਵੇਖਣ ਅਤੇ ਸੁਣਨ ਵਾਸਤੇ ਆਡੀਓ ਵਿਜੂਅਲ ਸਟੇਸ਼ਨ ਬਣਾਏ ਗਏ ਹਨ ਜੋ 100 ਤੋਂ ਵੱਧ ਮੌਖਿਕ ਇਤਿਹਾਸ, ਭਾਵ, ਮੁਲਾਕਾਤਾਂ ਨੂੰ ਵਿਖਾਉਂਦੇ ਹਨ ਅਤੇ ਹਿੰਸਾ, ਅਸੁਰੱਖਿਆ ਅਤੇ ਪਰਵਾਸ ਅਤੇ ਮੁੜ ਵਸੇਬੇ ਦੀ ਪ੍ਰਕਿਰਿਆ ਦੇ ਅਨੁਭਵ ਦਾ ਵਰਣਨ ਕਰਦੇ ਹਨ ਜੋ ਕਿ ਅਜਾਇਬ ਘਰ ਨੂੰ ਵਿਲੱਖਣ ਬਣਾਉਂਦੇ ਹਨ। ਇੱਥੇ ਦਰਸ਼ਕ ਕਾਗਜ਼ ਦੇ ਪੱਤਿਆਂ ਤੇ ਆਪਣੀਆਂ ਭਾਵਨਾਵਾਂ ਅਤੇ ਸੁਨੇਹੇ ਲਿਖ ਕੇ ਬਣਾਉਟੀ ਦਰਖਦ ਨਾਲ ਟੰਗਦੇ ਹਨ ਇਸ ਅਜਾਇਬ ਘਰ ਨੇ 2020 ਵਿੱਚ ਬੈਸਟ ਵਾਇਡਰ ਵਰਲਡ ਟੂਰਿਜ਼ਮ ਪ੍ਰੋਜੈਕਟ ਅਵਾਰਡ ਭਾਵ ਇਨਾਮ ਹਾਸਲ ਕੀਤਾ ਸੀ ਸਮਾਜ ਅਤੇ ਵਾਤਾਵਰਨ ਉਤੇ ਸਕਾਰਾਤਮਕ ਅਸਰ ਪਾਉਣ ਲਈ ਪਾਰਟੀਸ਼ਨ ਮਿਊਜ਼ੀਅਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ 6 ਹੋਰ ਪੁਰਸਕਾਰ ਵੀ ਜਿੱਤੇ ਹਨ